ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੋਗ 'ਚ। ਅਤੇ ਮੈਂ ਹੁਣੇ ਹੁਣੇ ਬੁਲਟ ਧੋ ਕੇ ਹਟਿਆ ਅਤੇ ਤੁਸੀਂ ਇੱਕ ਚੀਜ਼ ਨੋਟਿਸ ਕਰੋ ਵੀ ਨੰਬਰ ਪਲੇਟ ਮੂਹਰੇ ਵਾਲੀ ਹੈ ਨਹੀਂ, ਤਾਂ ਕੀ ਹੋਇਆ ਹੋਇਆ ਇਸ ਨੂੰ ਬਾਅਦ 'ਚ ਦੱਸਦਾ। ਪਹਿਲਾਂ ਆਪਾਂ ਨਵੀਂ ਨੰਬਰ ਪਲੇਟ ਬਣਾ ਲਈ ਆ, ਉਹ ਜਾ ਕੇ ਤੁਸੀਂ ਮੈਂ ਵਲੋਗ ਬਣਾਇਆ ਸੀ ਪਰ ਸਟਾਰਟ ਨਹੀਂ ਕਰਿਆ, ਸਟਾਰਟ ਕਰਿਆ ਵੀ ਸੀ ਹੋਰ ਕੁਛ ਹੋ ਗਿਆ। ਮਤਲਬ ਤੁਸੀਂ ਹੁਣ ਕਲਿੱਪ ਦੇਖ ਕੇ ਆਓ ਜਿੱਥੇ ਅਸੀਂ ਨੰਬਰ ਪਲੇਟ ਬਣਵਾਈ। ਆਹ ਲਓ ਜੀ ਸਾਡੇ ਕੋਲ ਆਇਆ ਰਵਨੀਤ, ਅਤੇ ਕੀ ਕਰਾਉਣਾ ਹੋ ਬੁਲਟ ਦਾ? ਲੱਪੜ ਮਾਰਿਆ ਰਹਿ ਜੇ ਕੀਤੀਆਂ, ਜਰਦੇ ਨੀ ਹੈਗੇ ਲੋਕ। ਖੁੱਲਦਾ ਵੀ ਨਹੀਂ ਖੁੱਲਦਾ, ਕੀ ਕਰਾਉਣਾ ਤੈ? ਕੰਪਾਊਂਡ ਕਰਕੇ ਦੇਖਦੇ ਕੀ ਬਣਦਾ। ਇੱਕ ਯਾਰ ਨੰਬਰ ਪਲੇਟ ਬਣਾਉਣੀ ਮੂਹਰੇ ਵਾਲੀ, ਇਹ ਮੈਂ ਕਹਿੰਦਾ ਖੁੱਲਣੀ ਨੰਬਰ ਪਲੇਟ, ਡਰਿੱਲ ਮਾਰਨੀ ਭੂ ਬੱਲਨ, ਕੱਲ ਵੀ ਉਧਰ ਵੀ ਡਰਿੱਲ ਮਾਰੀ ਸੀਗੀ ਤਾਂ ਹੀ ਖੁੱਲੀ। ਅੱਛਾ ਅੱਛਾ ਠੀਕ ਆ ਠੀਕ ਆ, ਨੰਬਰ ਤਾਂ ਹੋਰ ਭੁੱਖਾ ਹੀ ਲੱਗਣ ਲੱਗ ਗਿਆ। ਉਹ ਨੰਬਰ ਪਲੇਟ ਚੱਕ ਕੇ ਰੱਖਣ ਠੀਕ ਆ, ਨਹੀਂ ਥੋੜ੍ਹਾ ਪਤਾ ਲੱਗੂ ਬਾਹਲਾ। ਆਹ ਨੰਬਰ ਪਲੇਟ ਆਪਾਂ ਲਾਉਣੀ ਆ ਫਿਲਹਾਲ, ਤਾਂ ਇਹਦੇ ਹੋਊਗਾ ਨੰਬਰ ਲਿਖਿਆ ਜਾਣਾ ਹਾਲੇ, ਸਰਫੇਸ ਹੋਊਗਾ ਕੀ ਕਹਿੰਦੇ ਇਹਨੂੰ, ਰਾ ਮਟੀਰੀਅਲ। ਕਿਹੜੇ ਮੋਟਰਾਂ 'ਤੇ ਉਹਦੇ ਵਾਹਿਗੁਰੂ ਵੀ ਲਿਖਾਉਣਾ ਜਿਵੇਂ ਆਪਣਾ ਲਿਖਿਆ ਹੋਇਆ? ਚਿੱਟੀ ਸਪਰੇਅ ਮਾਰ ਗਈ, ਹੁਣ ਇੱਥੇ ਜੀ ਟੇਪ ਲੱਗੂਗੀ, ਇਹ ਲੋਟ ਆਊ ਕੰਮ ਨਹੀਂ। ਤੇ ਆਪਣੀ ਨੰਬਰ ਪਲੇਟ ਲੈ ਚੁੱਕੀ ਆ, ਬਾਕੀ ਤੁਹਾਨੂੰ ਪਿੰਡ ਦਿਖਾਵਾਂਗੇ। ਓਕੇ ਮਿਲਦੇ ਆ। ਓਕੇ ਅਤੇ ਹੁਣ ਨੰਬਰ ਪਲੇਟ ਲਵਾਈ ਨੂੰ ਤਾਂ ਹੋ ਗਿਆ ਸੀ ਹਫ਼ਤਾ ਤੋਂ ਹਫ਼ਤੇ, ਤੋਂ ਹੁਣ ਜੋ ਮੋਟਰਾਂ ਧੋਤਾ ਮੈਂ, ਪਹਿਲਾਂ ਤਾਂ ਚਿਪਕੀ ਹੋਈ ਤੀਆਂ ਲੈ ਗਈ ਠੀਕ ਆ, ਉੱਥੇ ਮੈਂ ਰੱਖਦੀ ਵੱਧ ਰੁਪਈਆ ਉੱਥੇ, ਜਿਹੜੀ ਆਹ ਚੀਜ਼ ਕਸੀ ਆ ਉਹਨੇ ਦੇਖੋ ਇਹ ਵੀ ਨਿਕਲ ਗਈ, ਨਟਾਂ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਕਸੀ ਹੋਈ, ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਸਦੇ ਹਾਂ। ਇੱਕ ਆਪਣਾ ਹਾਰਨ ਵੀ ਗਲਤ ਆ, ਇਹਨਾਂ ਨੂੰ ਵੀ ਲਾਉਂਦੇ ਹਾਂ, ਅਤੇ ਅੱਜ ਦੀ ਵੀਡੀਓ ਕੋਈ ਖਾਸ ਖਤਰਨਾਕ ਕਰਾਂਗੇ। ਪਹਿਲਾਂ ਨੰਬਰ ਪਲੇਟ ਦਾ ਕੰਮ ਕਰਦੇ ਹਾਂ, ਹੁਣ ਧੋ ਕੇ ਹਟਿਆ ਨੂੰ ਅੰਦਰ ਖੜਾ ਕੇ ਨੰਬਰ ਪਲੇਟ ਲਾਉਂਦੇ ਹਾਂ। ਪਿੱਛੇ ਵਾਲੀ ਤਾਂ ਓਕੇ ਨਹੀਂ ਲੈਂਦੀ ਕਿਉਂਕਿ ਨਟਾਂ 'ਤੇ ਕਸੀ ਹੋਈ ਆ, ਬਾਕੀ ਇਹਦੀ ਵੀ ਗੂੰਦ ਲੈ ਸਕਦੀ ਆ ਪਰ ਆਪਾਂ ਨਾ ਇਹ ਛੇੜੀਏ ਤਾਂ ਵਧੀਆ ਗੱਲ ਆ ਯਾਰ, ਇਹ ਕੰਮ ਬੇਕਾਰ ਆ। ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਆਪਾਂ ਹੁਣ ਨੰਬਰ ਪਲੇਟ ਲਾਉਂਦੇ ਹਾਂ, ਫਿਰ ਮਿਲਦੇ ਹਾਂ। ਚਲੋ ਵੀ ਇੰਨੀਆਂ ਸਾਰੀਆਂ ਚਾਬੀਆਂ ਦੇ ਨਾਲ ਮੈਂ ਆਹ ਚੀਜ਼ ਫਿਕਸ ਕਰਤੀ ਆ, ਦੇਖੋ ਹੁਣੇ ਨੰਬਰ ਪਲੇਟ ਵਾਲਾ ਪਲੇਟ ਜਿਹੜੀ ਉਹ ਸਹੀ ਹੋ ਗਈ, ਬਸ ਉਹ ਤਾਂ ਨੰਬਰ ਪਲੇਟ ਚਪਕਾਉਣ ਵਾਲੀ ਹੋ ਆ। ਆਹ ਆਪਣੀ ਨੰਬਰ ਪਲੇਟ, ਇੱਕ ਡਬਲ ਟੇਪ ਨਾਲ ਚਪਕਾਉਣੀ ਪਊ ਇਹ, ਵਧੀਆ ਸਟਰੋਂਗ ਡਬਲ ਟੇਪ ਨਾਲ, ਇਹਦੇ ਨਾਲ ਚੰਗੀ ਤਰ੍ਹਾਂ ਨਹੀਂ ਚਪਕਦੀ ਹੈਗੀ, ਇਹ ਲਹਿ ਜਾਂਦੀ ਆ। ਸੋ ਮੈਂ ਨਵੀਂ ਵਧੀਆ ਹੀ ਉਹ ਲੈ ਕੇ ਆਉਣਾ ਡਬਲ ਟੇਪ ਬਾਅਦ 'ਚੋਂ, ਹੁਣ ਤਾਂ ਮਿਲਣੀ ਰਹੀ ਦੁਕਾਨ 'ਤੇ, ਫਿਰ ਲਾਵਾਂਗੇ ਉਹਨੂੰ ਘੈਂਟ ਤਰੀਕੇ ਨਾਲ ਜਿਹੜੀ ਲਹੇ ਹੀ ਨਾ। ਦੇਖੋ ਛੋਟੀ ਜਿਹੀ ਨੰਬਰ ਪਲੇਟ ਘੈਂਟ ਲਾ ਦੀ ਆ ਨਾ ਪੰਪ, ਕਮੈਂਟ ਕਰਕੇ ਦੱਸੋ ਵੀ ਘੈਂਟ ਲਾ ਦੀ ਆ। ਹੁਣ ਆਪਾਂ ਜਿਹੜਾ ਵਾਲਾ ਹਾਰਨ ਇਹ ਵੀ ਲਾ ਦੇਣਾ, ਅਤੇ ਲਾ ਕੇ ਆਪਾਂ ਬਿਨਾਂ ਹਾਰਨ ਤੋਂ ਕਰਦੇ ਹਾਂ ਉਹਨੂੰ, ਅਤੇ ਅਸੀਂ ਸਾਰੇ ਨੇ ਤਾਰਾਂ ਨੇ ਉਹ ਸੈੱਟ ਕਰਦੇ ਹਾਂ। ਅਤੇ ਆਹ ਮਰਸਡੀਜ਼ ਵਾਲੀ ਮੈਂ ਟੇਪ ਜੀ ਕਰਨ ਲੱਗਿਆ ਸੀ, ਜਿਹੜੀ ਕਿ ਹੁਣ ਮੈਨੂੰ ਘੈਂਟ ਨਹੀਂ ਲੱਗੇਗੀ, ਉਨੀ ਮਤਲਬ ਕਿ ਉੱਨੀ ਘੰਟੇ ਨਹੀਂ ਲੱਗਦੀ, ਦੂਰੋਂ ਘੰਟੇ ਲੱਗੂਗੀ, ਪਰ ਮੈਂ ਸੋਚ ਰਿਹਾ ਵੀ ਨਾ ਵਧੀਆ ਨਹੀਂ ਲੱਗੀ। ਛੱਡ ਇਹ ਕਹਿਣਾ ਵਿੱਚ ਜਿਹੜੇ ਲਾਈਟਾਂ ਦੇ ਹਾਰਨ ਲਾਵਾਂਗੇ, ਲਾਈਟਾਂ ਦੇ ਹਾਰਨ ਲਾਵਾਂਗੇ, ਹਾਰਨ ਵਿੱਚ ਲਾਈਟਾਂ ਲਾਵਾਂਗੇ, ਇਹ ਤਾਂ ਡਿਜ਼ਾਇਨ ਪਸੰਦ ਨਹੀਂ ਆਇਆ ਮੈਨੂੰ, ਲਾਉਂਦੇ ਇਹਨੂੰ ਅਤੇ ਘੈਂਟ ਕਰਦੇ। ਅਤੇ ਹੁਣ ਚਲੇ ਮੰਤਰੀ ਕਾ ਨਾ ਮੰਤਰੀ ਕੀ ਕਣਕ ਰੱਖਣਾ, ਆਟਾ ਕੱਲੂ ਬਣ ਕੇ ਆਊਗਾ, ਇਹ ਮਤਲਬ ਕਿ ਪਸਾਉਣ ਜਾਣ ਜਾਂਦੇ ਹਾਂ ਚੱਕੀ 'ਤੇ। ਅਤੇ ਜਿਹੜੀਆਂ ਲਾਈਟਾਂ ਮੈਂ ਕਹਿੰਦਾ ਉਹ ਜੋਤਰੇ ਭੇਜੇ ਦੀ, ਉਹ ਵਿੱਚ ਨਾ ਜਿਹੋ ਜਿਹੀ ਆਪਾਂ ਸਾਈਕਲ ਦੀ ਲਾਈਆਂ ਗੋਲ ਗੋਲ ਚਾਰ ਚਾਰ ਸੁਝੀਆਂ, ਜੋ ਲਾਵਾਂਗੇ ਤਾਂ ਫਿਰ ਖੜੇ ਦਾ ਹਾਰਨ ਤਾਂ ਦਿਖਣਗੀਆਂ, ਵਧੀਆ ਲੱਗਣੀਆਂ ਉਹ, ਤੁਸੀਂ ਉਹ ਜਿਹੀ ਲਾਉਣੀ ਜਿਹੜੀ ਸਾਈਡ ਤੋਂ ਦਿਖੀ ਆ, ਲੱਭਣੀ ਪਊਗੀ ਲਾਈਟ ਵਧੀਆ, ਫਿਰ ਲੱਭਦੇ ਆ ਜੇ ਮਿਲੀ ਤਾਂ ਲਿਆਵਾਂਗੇ, ਨਹੀਂ ਫਿਰ ਨਾ ਸੀ। ਉਹ ਤਾਂ ਹੈਰਾਨ ਆ ਮੈਂ, ਪਲਟੀਨਾ ਹੈਗਾ ਜੇ ਤਾਂ ਤੇਲ ਪਾ ਲਿਆ ਕਰੋ, ਹੁਣ ਤੇਲ ਹੁਣ ਪੈਂਦਾ ਮਤਲਬ ਕਿ ਰੁੱਕ ਗਿਆ, ਮੁੱਕ ਗਿਆ, ਰੁੱਕ ਗਿਆ, ਮੈਂ ਤਾਂ ਫਿਰ ਟੱਕਾ ਲਾਉਣਾ ਨਹੀਂ ਹੁਣ, ਟੱਕਾ ਲਾਈਆਂ ਟੇਢਾ ਹੋ ਕੇ ਜਾਊ ਮੈਡਮ।
ਕਹਿ ਜਾ ਯਾਰ ਬੱਡੀ ਨੇ ਤਾਂ ਤੇਲ ਪਾ ਤੈਨੂੰ ਆਇਆ ਦੱਸ ਕਿਸੇ ਹੋਰ ਨੂੰ ਚਲਾਉਣਾ ਹੁੰਦਾ ਪਵਾ ਕੇ ਰੱਖਿਆ ਕਰ ਦੱਸ ਬੇਇੱਜ਼ਤੀ ਕਰਾਉਣ ਲਾ ਜਾਂਦੇ ਨੇ ਵੀ ਵੀ ਤੇ ਤੋਂ ਬਿਨਾਂ ਕਿਸੇ ਹੋਰ ਨੂੰ ਚਲਾਉਣਾ ਐਂ ਦੱਸ ਵੀ ਪਹਿਲਾਂ ਹੀ ਪਵਾ ਕੇ ਰੱਖੋ ਕੈਨੇਡਾ ਪਾਇਆ ਦੀ ਆਖਰੀ ਵਾਰੀ ਆਹੋ 50 ਦਾ ਪਵਾ ਕੇ ਥੈਂਕ ਯੂ ਫੁੱਲ ਹੋ ਗਈ ਚੱਲ ਹੁਣ ਮਾਰ ਕੇ ਹੁੰਦਾ ਹੀ ਸਟਾਰਟ ਫਿਰ ਹੁਣ ਆ ਗਿਆ ਸਵਾਲ 50 ਰੁਪਏ ਤੇਲ ਪਾਉਣ ਦਾ ਨਹੀਂ ਤੂੰ ਪਹਿਲਾਂ ਦੱਸ ਪਹਿਲਾਂ 50 ਦਾ ਕਿਉਂ ਪਵਾਇਆ ਹਲਸਾ ਕਰੋ ਪੰਪ ਵੀ ਨੇੜੀ ਆ ਚੱਕੀ ਦਿਆ ਦੇਖੋ ਮਾਰ ਕੇ ਦੇਖਿਆ ਟੇਢਾ ਕਰਕੇ ਇੱਕ ਖਬਰ ਹੋ ਜਾਵੇ ਪੰਪ ਵਾਲਾ ਤਾਂ ਬੇਇੱਜ਼ਤੀ ਬਚ ਜਾਵੇ ਜਮੀ ਟੇਢਾ ਕਰਦੇ ਯਾਰ ਲੰਬਾ ਹੀ ਪਾ ਟੇਢਾ ਹਾਂ ਮਾੜਾ ਉਧਰ ਉਧਰੋਂ ਮਾੜਾ ਹੁੱਟਾੜਾ ਹੋਊ ਆ ਜਾਊ ਹੁਣ ਤਾਂ ਹੈ ਨਹੀਂ ਫਿਲਹਾਲ ਜੀ ਹੁਣ ਹੋ ਗਿਆ ਨੈਕਸਟ ਡੇ ਕੱਲ ਅਸੀਂ ਮੰਤਰੀ ਹਰਸਿਕਾ ਲਿਆਂਦਾ ਸੀਗਾ ਕਣਕ ਰੱਖਿਆ ਸੀਗੀ ਤੇ ਅੱਜ ਅਸੀਂ ਜਾ ਰਹੇ ਹਾਂ ਪਹਿਲਾਂ ਤਾਂ ਇੱਕ ਤਾਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਆਉਣਾ ਤੇ ਦੂਜਾ ਕੰਮ ਆਪਾਂ ਨੂੰ ਇਹ ਆ ਵੀ ਜਿਹੜਾ ਹਾਰਨ ਆਪਣਾ ਉੱਧਰ ਪਿਆ ਉਹਦਾ ਦਿਖਾਉਣਾ ਤੁਹਾਨੂੰ ਮੈਂ ਰੂਟਸ ਵਾਲਾ ਜਿਹੜਾ ਕਿ ਮੈਂ ਜਮੀ ਕਲਿਆਣ ਕਰਤਾ ਉਹਦਾ ਪਿਛਲੇ ਵਲੋਗ ਹੈ ਜੀ ਚੱਲਿਆ ਨਹੀਂ ਸੀਗਾ ਫਿਰ ਉਹਨੂੰ ਤੁਸੀਂ ਸਮਰਾਉਣਾ ਦਿੱਤਾ ਸੀ ਬਾਈ ਕੋਲ ਟਾਈਮ ਨਹੀਂ ਸੀਗਾ ਫਿਰ ਮੈਂ ਆਪ ਹੀ ਖੋਲ ਲਿਆ ਹੁਣ ਸਾਰਾ ਸਿਸਟਮ ਅੰਦਰੋਂ ਖੋਲਿਆ ਪਿਆ ਇਕੱਲਾ ਇਕੱਲਾ ਪਾਰਟ ਅਤੇ ਹੁਣ ਉਮੀਦ ਤਾਂ 1% ਵੀ ਨਹੀਂ ਹੈਗੀ ਠੀਕ ਹੋਜੂ ਬਾਕੀ ਇੱਕ ਕਰਨ ਵਲੋਗ ਨੂੰ ਆਪਾਂ ਦਿਖਾ ਦਾਂਗੇ ਵੀ ਜਦੋਂ ਕੋਈ ਬੰਦਾ ਠੀਕ ਕਰ ਸਕਦਾ ਤਾਂ ਠੀਕ ਆ ਨਹੀਂ ਤਾਂ 1% ਵੀ ਚਾਂਸ ਨਹੀਂ ਵੀ ਠੀਕ ਹੋ ਜੂ ਇਹ ਜੇ ਨਾ ਠੀਕ ਹੋਇਆ ਫਿਰ ਕੋਈ ਹੋਰ ਗੱਲਾਂ ਕਰਾਂਗੇ ਫਿਲਹਾਲ ਗੱਡੀ ਸਰਵਿਸ ਕਰਾਈ ਦੇਖੋ ਚਮਕਦੀ ਆ ਚਮਕਦੀ ਹੈ ਕਿ ਨਹੀਂ ਕੌਣ ਅੱਛਾ ਅਤੇ ਚਲੋ ਚੱਲਦੇ ਹਾਂ ਅਸੀਂ ਅਤੇ ਹਾਰਨ ਵੀ ਦਿਖਾਉਂਦੇ ਹਾਂ ਇੱਕ ਲਾਈਟਾਂ ਲੈ ਕੇ ਆਉਣੀਆਂ ਹਾਰਨ ਦੇ ਵਿੱਚ ਲਾਉਣ ਸੋ ਚਲੋ ਚੱਲੀ ਇਹ ਸਾਡੇ ਪਿੰਡ ਅੱਜ ਹੈਗਾ ਟੂਰਨਾਮੈਂਟ ਉਹ ਦੇਖੋ ਖੇਡਣ ਲੱਗੇ ਪਏ ਜਵਾਕ ਆ ਜਾ ਬਾਹਰ ਇੱਥੇ ਮੇਰੇ ਪੋਸਟਰ ਤੇ ਮੇਰੀ ਫੋਟੋ ਵੀ ਲੱਗੀ ਹੋਈ ਯਾਰ ਮੈਂ ਦੇਖਣੀ ਬਾਕੀ ਜਿਹੜਾ ਉੱਠ ਖੜਿਆ ਤਾਂ ਦੇਖ ਕੇ ਆਉਣੀ ਆ ਫੋਟੋ ਤਾਂ ਤੇ ਟੂਰਨਾਮੈਂਟ ਆ 5 ਦਿਨ ਤੁਸੀਂ ਕਿਸੇ ਵੀ ਸਮੇਂ ਮਤਲਬ ਪਹੁੰਚ ਸਕਦੇ ਹੋ ਤਾਂ ਪਹੁੰਚ ਜਾਓ ਜ਼ਰੂਰ 22 ਮਾਡਲ ਗੱਡੀ 'ਚ ਜਾਣਾ ਪੋਸਟਰ ਦਿਖਾ ਮੈਨੂੰ ਕਿੱਥੇ ਲੱਗਿਆ ਪੋਸਟਰ ਕਿੱਥੇ ਆਪਣਾ ਲੈ ਕਿਆ ਬਾਕੀ ਸਾਡੇ ਪਿੰਡ ਜੱਬਾਂ ਮਾਰੇ ਪਹੁੰਚੋ 22 ਮਿਲ ਖੇ ਕਿਵੇਂ ਇਹਦਾ ਫਤਿਹਗੜ੍ਹ ਚੱਲਿਆ ਇੱਥੇ ਅੱਜ ਕੰਮ ਚੱਲਿਆ ਅੱਛਾ ਅੱਛਾ ਚੱਲ ਠੀਕ ਆ ਮੈਂ ਤਾਂ ਫੋਟੋ ਦੇਖਣ ਆਇਆ ਸੀ ਮੇਰੀ ਕਿੱਥੇ ਪੋਸਟਰ ਨਹੀਂ ਹੈਗਾ ਆ ਦੇਖ ਕੇ ਆਈਏ ਮਿਲਣਾ ਵੀ ਆ ਤਾਂ ਵੀ ਤੇ ਆਪਣੀ ਸਕਰੀਨਸ਼ਾਟ ਲੈ ਲਓ ਜੇ ਦੇਖਣ ਲੈਣਾ ਵੀ ਮਾਡਲ ਨੂੰ ਕਿਹਾ ਪੋਸਟਰ ਕਿੱਥੇ ਕਹਿੰਦਾ ਪੋਸਟਰ ਤਾਂ ਲਾਇਆ ਹੀ ਨਹੀਂ ਫਿਰ ਉਹ ਸਿਰਫ ਜੇ ਗਿਆ ਉੱਥੇ ਲੱਗਿਆ ਹੋਇਆ ਸੀ ਹਾਂ ਨਹੀਂ ਤੇ ਉਹ ਦੇਖ ਲਈਏ ਸੈੱਟ ਹੋਇਆ ਠੀਕ ਆ ਨਹੀਂ ਫਿਰ ਨਹੀਂ ਲੈ ਜਾਂਗੇ ਵਾਪਸ ਨਾ ਇਹ ਫਿਰ ਲਾਈਟਾਂ ਲਾ ਕੇ ਲਾ ਦਾਂਗੇ ਸ਼ੋਅ ਵਾਸਤੇ ਕਿ ਨਹੀਂ ਯਾਰ ਬੈਲਡਿੰਗ ਲਾ ਲਈ ਆਹ ਦੇਖ ਪਿੱਛੋਂ ਉਹ ਕਹਿੰਦਾ ਆਹ ਚੀਜ਼ ਹੈਲਦੀ ਸੀ ਅਤੇ ਲਓ ਜੀ ਅਸੀਂ ਪਹੁੰਚ ਗਏ ਹਾਂ ਫਤਿਹਗੜ੍ਹ ਸਾਹਿਬ ਅਤੇ ਅੰਦਰ ਵੀਡੀਓ ਤਾਂ ਨਹੀਂ ਬਣਾਵਾਂਗੇ ਬਾਕੀ ਮੱਥਾ ਟੇਕ ਕੇ ਫਿਰ ਬਾ ਕੇ ਆ ਕੇ ਮਿਲਦੇ ਤੁਹਾਨੂੰ ਇੱਕ ਵਾਰ ਬਸ ਆਖਰੀ ਵਾਰੀ ਉਹ ਇਹਨੂੰ ਫੜੀ ਦੇਖੋ ਕਰਾਉਂਦਾ ਐਪਲ ਵਾਚ ਦੇਖੋ ਇਹਦੀ ਲੱਟਾਂ ਦੇਖੋ ਪੀ ਸੀ ਆਰ ਤੋਂ ਲੈ ਕੇ ਜਿਹੜੀ ਮਰਜ਼ੀ ਲਾਈਟ ਮਿਲ ਜੂ ਹੁਣ ਜਾ ਕੇ ਆਉਣਾ ਮੈਂ
ਦੇਖਦੇ ਹਾਂ ਕਿ ਘੰਟ ਜੀ ਲੈਟ ਫਲੈਸ਼ਰ ਲੈਣੇ ਨੇ ਜਿਹੜੀ ਮੇਨ ਗੱਲ ਆ, ਬਾਕੀ ਦੇਖਾਂਗੇ ਜੇ ਕੋਈ ਹੋਰ ਪਸੰਦ ਆ ਗਈ। ਇੱਕ ਆਪਾਂ ਲਏ ਨੇ ਜੀ ਫਲੈਸ਼ਰ, ਇੱਕ ਆ ਪੀ ਸੀ ਆਰ ਜੇਟ ਲਈ ਇਹ ਚੁੱਪ ਦੇ ਲਾਉਣੇ ਦੇ ਨਾਲ ਲੱਗੀ ਫਿਰ ਆਪਾਂ ਰੱਖ ਲਵਾਂਗੇ, ਬਾਕੀ ਇੱਕ ਉਹ ਲੈਣ ਲੱਗਿਆ ਰੂਟਸ ਦੇ ਵਿੱਚ ਲਾਉਣ ਨੂੰ। ਚਿੱਟੀਆਂ ਨਹੀਂ ਚਿੱਟੀਆਂ ਚਿੱਟੀਆਂ ਹੈ ਨਹੀਂ ਬਾਈ, ਖੁੱਲੇ ਹੈ ਨਹੀਂ ਯਾਰ ਬਾਈ, ਗਾਹਾਂ ਵਾਲੇ ਪਿੱਛੋਂ ਲੈ ਲਿਆ ਗਿਆ ਤੂੰ ਕੋਈ ਯਾਰ, ਕਹਿਤਾ ਇੱਕ ਵਾਰ ਨਹੀਂ ਹੈ ਕਿ ਵੀ ਵਿੱਚ ਬੈਠਣ ਨੂੰ ਜਾਂਦੇ ਨੇ। ਤੇ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਡੀ ਮਾਰਟ, ਤੇ ਇੱਥੋਂ ਥੋੜ੍ਹਾ ਸਮਾਨ ਲੈਣਾ ਸੀ, ਕੁਛ ਕੁ ਚੋਕਲੇਟ ਵਗੈਰਾ ਵੀ ਲੈਣਾ ਸੀਗਾ, ਤੇ ਚਲੋ ਚੱਲਦੇ ਹਾਂ ਤੇ ਸਮਾਨ ਲੈ ਕੇ ਆਉਣਾ। ਚਲੋ ਜੀ ਇੰਨਾ ਕੁ ਸਮਾਨ ਆਪਾਂ ਲੈ ਲਿਆ, ਸਾਨੂੰ ਪਤਾ ਕਨੇਡਾ 'ਚ ਆਏ ਹਾਂ ਉੱਥੇ ਚੁੰਬਕਾਂ ਲੱਗੀਆਂ, ਜਦੋਂ ਆਪਾਂ ਬਾਹਰ ਕੱਢਦੇ ਹਾਂ ਉੱਥੇ ਚੁੰਬਕਾਂ ਲੱਗੀਆਂ ਨੇ, ਉਹ ਟਾਇਰ 'ਚ ਉੱਥੇ ਜਾਮ ਹੋ ਜਾਂਦਾ, ਨਿਕਲ ਨਹੀਂ ਜਾਂਦੇ ਬਾਹਰ। ਚਲੋ ਇਹਨੂੰ ਹੁਣ ਕਿਤਾਬ ਲਾ ਲਓ, ਸਾਰਾ ਕੁਛ ਦਾ ਸਕੈਨ ਹੋ ਗਿਆ ਜਿਹੜਾ ਬਾਹਰ ਕੋਡਨ ਲੱਭਿਆ, ਇਹਦਾ ਇਹਨਾਂ ਨੂੰ ਯਾਦ ਹੋਊ ਨੰਬਰ ਨੰਬਰ, ਬਿਨਾਂ ਸਕੈਨ ਹੋ ਗਿਆ ਵਿਚਾਰਾ। ਇਹਨਾਂ ਦੇ ਯੋਗ ਨਹੀਂ ਇਹ ਦੇਸ਼ ਵੀਰੇ, ਜਦੋਂ ਆਉਣਗੇ ਨਾ ਟਰਾਲੀ ਤੋੜਤੀ ਸਾਡੀ ਫਿਰ ਫਿਰ ਹੋਊਗਾ ਲੋਡ। ਤੁਸੀਂ ਆਹ ਦੇਖੋ ਮੈਂ ਗੱਡੀ ਰੋਕ ਲਈ ਤੇ ਆਪਣਾ ਵੀ ਗੱਡੀ ਬੰਦ ਹੋ ਗਈ, ਦੇਖੋ ਇਹ ਵਾਲਾ ਨਿਸ਼ਾਨ ਜਿਹਾ ਵੀ ਆ ਗਿਆ, ਇਹਦਾ ਮਤਲਬ ਆਇਆ ਵੀ ਲਾਈਟਾਂ 'ਤੇ ਗੱਡੀ ਆਪਣੇ ਬੰਦ ਹੋ ਗਈ, ਮੈਂ ਕਲੱਚ ਦਾ ਆਪਣਾ ਸਟਾਰਟ ਹੋ ਗਈ, ਕਿਉਂ ਮੰਨਦੇ ਹੋ ਹੁਣ ਫਿਰ ਠੀਕ ਆ। ਤੇ ਹੁਣ ਹੋ ਗਈ ਸ਼ਾਮ, ਹੁਣ ਅਸੀਂ ਘਰੇ ਆ ਗਏ ਤੇ ਹੁਣ ਕਾਹਦਾ ਕੰਮ ਆ, ਕੀ ਕੰਮ ਲਿਆਉਣਾ, ਤੇਲ ਹੈਗਾ ਜੀ ਰੈਡੀ ਆ, ਅਤੇ ਲਾਈਟਾਂ ਮੈਂ ਲਿਆਂਦੀਆਂ ਦੋ, ਫਲੈਸ਼ਰ ਲਿਆਂਦੇ ਦੋ, ਚੁੱਪ ਵਾਸਤੇ ਫਲੈਸ਼ਰ ਲਿਆਂਦੇ, ਉਹ ਕਹਿੰਦੇ ਪੀ ਸੀ ਆਰ ਜੀ ਲਈਆਂ ਨੇ, ਕਾਹਦੇ ਲਾਊ ਗੱਡੀ ਨੇ ਤੇ ਹਾਂ ਹਾਰ ਨੂੰ ਉੱਥੇ ਛੱਡਤਾ, ਉਹ ਕਹਿੰਦੇ ਵੀ ਨਾ ਦੋ ਚਾਰ ਦਿਨ ਲੱਗਣਗੇ ਜੇ ਉਹ ਸੈੱਟ ਹੋਇਆ ਤਾਂ ਕਰਦਾ, ਮੈਂ ਕਿਹਾ ਠੀਕ ਹੈ ਰੱਖ ਲਓ ਨੰਬਰ ਲਿਆਉਂਦਾ। ਆਇਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਹੜੀ ਕਿਹੜੀ ਲਾਈਟ ਲਿਆਂਦੀਆਂ ਤੁਸੀਂ, ਜ਼ਿਆਦਾ ਕੁਛ ਸਾਫ ਲਾਈਟਾਂ ਤਾਂ ਨਹੀਂ ਹੁੰਦੀਆਂ, ਇਹ 150 ਰੁਪਏ ਇੱਕ ਦੀਗਾ, 300 ਦੋ ਮਤਲਬ ਇੰਨੇ ਕੁ ਦੀ ਹੁੰਦੇ ਨੇ, ਇਹ ਜਾਗੋ ਜਾਗੋ ਕਰਦੇ ਤੁਹਾਨੂੰ ਦਿਖਾਵਾਂ ਕਿਵੇਂ ਚੱਲਦੇ ਨੇ, ਨਹੀਂ ਯਾਰ ਦੂਰ ਜਾ ਹੈ ਨੋਰਮਲ ਚੱਲ ਪੈ ਠੀਕ ਆ, ਉਹ ਹੱਥ 'ਚ ਫੜ ਉਹਨੂੰ ਇੱਧਰ ਨੂੰ ਕਰਨਾ ਮੂੰਹ ਠੀਕ ਆ, ਹੋ ਕੇ ਨਹੀਂ ਲਾਈਟ ਆ, ਅਤੇ ਆਹ ਹੈਗਾ ਫਲੈਸ਼ਰ ਜਿਹੜਾ ਕਿ ਚੱਲਿਆ ਕਿਉਂ ਨਹੀਂ, ਹੈ ਨਾ ਕੈਂਡਰਾ ਦਾ ਆਹ ਚੁੱਪ ਸੇਮ ਚੀਜ਼ ਆ ਇਹ, ਅਤੇ ਚੁੱਪ ਵਾਸਤੇ ਉਹ ਥੱਲੇ ਦੀ ਗੂੰਦ ਵੀ ਹੋਵੇ, ਗੂੰਦ ਨਾ ਵੀ ਚਮਕਾ ਸਕਦਾ ਛੇ ਡਬਲ ਟੇਪ ਨਾਲ ਆਹ ਲਾ ਕੇ, ਹਾਂ ਡਬਲ ਟੇਪ ਡਬਲ ਟੇਪ ਬਣਾਇਆ ਵੀ ਆਹ ਦੇ, ਉਹ ਕਿਰਨ ਉਹ ਲਿਆਉਣੀ ਭੁੱਲ ਗਿਆ ਯਾਰ ਰਿਲੇਅ ਜਿਹੜੀ ਇੰਡੀਕੇਟਰ ਚਮਕਾਊਗੀ, ਅਤੇ ਕਾਹ ਲਿਆਉਂਦੇ ਨੇ ਆਪਾਂ ਹਾਰਨ ਦੇ ਵਿੱਚ ਲਾਵਾਂਗੇ, ਹਾਰਨ ਦੇ ਵਿੱਚ ਕਿਵੇਂ ਚੱਲ ਲੈਣਗੇ ਦੋਲੇ ਕਹਿੰਦੀਆਂ ਨੇ ਇਹ, ਜਿਵੇਂ ਆਪਾਂ ਹਾਰਨ ਨੂੰ ਖੋਲ੍ਹ ਕੇ ਜਾਈਏ ਵਿੱਚੋਂ ਐਂ ਲੱਗੂਗੀ ਇਹ ਅੰਦਰਲੇ ਪਾਸੇ, ਫਿਰ ਉਹ ਜਿਹੜੀ ਬਲੈਕ ਪਾਸ ਹੈ ਜਿਹੜਾ ਵਿੱਚੋਂ ਚਮਕੂਗਾ, ਹਾਰਨ ਜੇ ਹਾਰਨ ਖਰਾਬ ਜਾ ਕੇ ਦੇਖੀ ਇਹਨੂੰ ਵੀ ਵਿੱਚ ਲਾ ਕੇ ਦਿਖਾਉਣਾ, ਸਾ ਹਾਰਨ ਤੋਂ ਬਜਾਵਾਂਗੇ ਬਸ ਉਦੋਂ ਬੱਚੂ ਇਹ ਸਮਝ, ਜਦੋਂ ਹਾਰਨ ਹਾਰਨ ਬਜਾਵਾਂਗੇ ਕਿੰਨੇ ਦੀ ਆਈ ਆ ਇਹਦਾ ਪਤਾ ਨਹੀਂ 1 ਰੁਪਏ ਮੀਟਰ ਸੀਗੀ, ਅੱਛਾ ਜਿੰਨੀ ਜਿੰਨੀ ਚਾਹੀਦੀ ਉਹਨੀ ਲੈ ਲਓ, ਇਹਨੂੰ ਆਪਾਂ ਹਾਰਨ ਦੇ ਵਿੱਚ ਲਾ ਲਓ, ਹਾਰਨ ਬਜਾਵਾਂਗੇ ਤਾਂ ਹਾਰਨ ਜਗਿਆ ਕਰਨਗੇ ਸਮਝ ਗਿਆ, ਇੱਕ ਆਹ ਚੁੱਪੂ ਨਹੀਂ ਲਈਏ, ਚੁੱਪੂ ਦੇ ਨਾਂ ਸਹੀ ਆਈਆਂ ਫਿਰ ਆਪਾਂ ਲਾਵਾਂਗੇ, ਇੱਕ ਆਹ ਕੀ ਹੈ ਇਹ ਫਲੈਸ਼ਰ 30,000 ਆ ਤੇਰਾ, ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ, ਉਹ ਚਾਰ ਵੀ ਉਹ ਮੂਹਰੇ ਫੰਕਸ਼ਨ ਜਿਹਾ ਸਿਸਟਮ ਆ, ਇਕੱਠੀ ਹੀ ਲੱਗਣੀ ਆ, ਇੱਕ ਸਿੰਗਲ ਨਹੀਂ ਲੱਗਦੀ, ਇੱਕ ਉੱਧਰ ਦੀ ਸਾਡੇ ਕਿੱਧਰ ਦੀ ਸਾਡੇ ਲਾ ਦੇਵੇ, ਅੱਛਾ ਆਪਣਾ ਟੇਪ ਪਹਿਲਾਂ ਦਿੱਤੀ ਹੋਈ ਆ ਬੱਲੇ, ਇਹਨੂੰ ਵੀ ਦੇਖੀਏ ਚਲਾ ਕੇ ਟੈਸਟ, ਓਹ ਵੈਰੀ ਨਾਈਸ ਨੇ ਨਾ, ਕਿੰਨੀਆਂ ਘੈਣ ਨੇ, ਇੱਕ ਨੀਲੀ ਇੱਕ ਲਾਲ ਇਕੱਠੀ ਲੱਗਣਗੀਆਂ, ਅੱਛਾ ਇਹ ਵੈਰੀ ਨਾਈਸ ਨਿਕਲਗੀਆਂ ਨਾ, ਹਾਂ ਨਾਲੇ ਦੋਹੇ ਵਧੀਆ ਚੱਲਦੀਆਂ ਨੇ, ਦੋਹੇ ਵਧੀਆ ਚੱਲਦੀਆਂ ਨੇ, ਨਾਲੇ ਬਿਸਕੁਟ ਆਣੀ ਤਾਂ ਨਹੀਂ ਲੱਗਦਾ ਬੁਲਟ ਆਪਣਾ, ਨਾ ਨਹੀਂ ਹੁੰਦਾ ਪੀ ਸੀ ਆਰ, ਇਹਨੂੰ ਲੱਗਣੀ ਹੈ ਕਿੱਥੇ ਨੰਬਰ ਪਲੇਟ ਦੀ ਥਾਂ 'ਤੇ ਲਾ ਕੇ ਆਉਣਗੀਆਂ, ਓਏ ਇਸ ਕੋਰੇ ਉਹੋ ਜਿਹਾ ਮਰਜ਼ੀ ਲਾ ਦੇ, ਚਾਹੇ ਨੰਬਰ ਪਲੇਟ ਲਾ ਕੇ ਲਾ ਦੇ, ਨੰਬਰ ਨੰਬਰ ਪਲੇਟ ਤੋਂ ਬਿਨਾਂ ਕਿਵੇਂ ਚਲਾਉਂ ਡੰਗਰ, ਇਹ ਚੀਜ਼ ਵਧੀਆ ਨਾ, ਆਉਣਗੀਆਂ ਜੇ ਇੱਥੇ ਲਾਉਣੀਆਂ ਨੇ ਉਵੇਂ 10 ਦਿਨ ਲੱਗ ਸਕਦੀਆਂ, ਪਰ ਜ਼ਰੂਰ ਦੂਏ ਲੋਟੇ ਵਧੀਆ ਲੱਗਣਗੀਆਂ, ਹੋਰ ਨਹੀਂ ਕਿਤੇ ਚੱਚਣੀਆਂ ਨਾ, ਉਵੇਂ ਦੇਖਣ ਨੂੰ ਘੰਟੇ ਪਰ ਬੁਲਟ ਤਾਂ ਨਹੀਂ ਕਿਤੇ ਚੱਚਣੀਆਂ, ਪੀ ਸੀ ਆਰ ਨੂੰ ਨਹੀਂ ਇਹਨਾਂ ਨੂੰ ਇਹ ਹਾਰਨਾ 'ਚ ਚਿਪਕਾ ਦੇ ਦੋਨਾਂ ਨੂੰ ਅਗਲੇ ਸੰਡੇ, ਆਹ ਆਈਟਮਾਂ ਕਿਹੜੇ ਨੇ ਮਤਲਬ, ਰੋ ਫਲੈਸ਼ਰ, ਚਲੋ ਹੁਣ ਤੁਸੀਂ ਦੇਖ ਲਿਆ ਹੁਣ ਵਿੱਚ ਰੱਖ ਦਿਆਂ ਨੂੰ, ਅਤੇ ਫਿਰ ਅੱਜ ਦਾ ਵਲੋਗ ਪੂਰੀ ਖਤਮ ਕਰਦੇ ਹਾਂ, ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਮੈਂਟ ਕਰ ਦਿਓ, ਅਤੇ ਮਿਲਦੇ ਤੁਹਾਨੂੰ ਆਪਾਂ ਨਵੇਂ ਵਲੋਗ 'ਚ, ਤਦ ਤੱਕ ਲਈ ਓਕੇ ਬਾਏ ਟਾਟਾ।